प्राइम न्यूज़ देख रहे सारे दर्शकों का ब्रेक तो बाद एक बार फिर स्वागत है। अज के प्राइम एनालिसिस विच अज आपां कुछ देश विदेश दी मुख खबरां ते गलबात करांगे। साडे नाल गलबात करन वास्ते साडे प्राइम एनालिस्ट डॉक्टर प्रतिपाल सिंह सोही साडे नाल हाजिर ने। डॉक्टर साहब थोड़ा बहुत स्वागत है जी। थैंक यू जी। डॉक्टर साहब एक रिपोर्ट आई है जिस कहा गया कि कैनेडा की लैंडेड इमीग्रेंट्स की निर्भरता बहुत वध गई है, लेबर मार्केट विच इन्हां दा स्थान लगातार वधदा जा रहा है, इस रिपोर्ट बारे ਤੁਸੀਂ ਕਿਵੇਂ ਕੀ ਕਹਿਣਾ ਚਾਹੋਗੇ? ਹਾਂ ਜਗਰਾਦੀਪ ਜੀ, ਇਹ ਇੱਕ ਨਵੀਂ ਰਿਪੋਰਟ ਹੈ ਜੀ। ਅੱਜ ਹੀ ਅਸੀਂ ਦੇਖੀ ਹੈ ਇਸ ਰਿਪੋਰਟ ਨੂੰ, ਖਾਸ ਤੌਰ ਤੇ ਬਲੂਮਬਰਗ ਵਾਲਿਆਂ ਨੇ ਇਹ ਜਾਰੀ ਕੀਤੀ ਹੈ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਅੱਗੇ ਵੀ ਚਲੋ ਡਿਸਕਸ਼ਨ ਹੁੰਦੀ ਰਹਿੰਦੀ ਹੈ ਕੈਨੇਡਾ ਦੇ ਵਿੱਚ। ਕੈਨੇਡਾ ਦੀ ਸਮੁੱਚੀ ਪਾਪੂਲੇਸ਼ਨ ਦੇ ਵਿੱਚ ਜੋ ਇਮੀਗ੍ਰੈਂਟਸ ਦਾ ਰੋਲ ਹੈ ਇਹ ਹਮੇਸ਼ਾ ਹੀ ਬਹੁਤ ਅਧਿਕ ਰਿਹਾ ਜੀ। ਤਕਰੀਬਨ 1-1% ਲੈਂਡਡ ਇਮੀਗ੍ਰੈਂਟ ਨੇ ਇੱਥੋਂ ਦੀ ਟੋਟਲ ਪਾਪੂਲੇਸ਼ਨ ਦੇ ਵਿੱਚ, ਪਰ ਇਹਨਾਂ ਦਾ ਜਿਹੜਾ ਰੋਲ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਜੀ। ਇਹਦੇ ਕਈ ਕਾਰਨ ਵੀ ਮੰਨੇ ਗਏ ਨੇ ਅਤੇ ਕੁਝ ਸੁਝਾਅ ਵੀ ਉਹਦੇ ਵਿੱਚ ਦਿੱਤੇ ਗਏ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਇਹ ਹਰ ਸਾਲ ਮਈ ਤੋਂ ਮਈ ਤੱਕ ਦਾ ਇੱਕ ਵੇਰਵਾ ਲਿਆ ਜਾਂਦਾ, ਮਈ 2015 ਤੋਂ ਮਈ 2016 ਭਾਵ ਇਸ ਤਰ੍ਹਾਂ ਦੇ ਨਾਲ ਲਿਆ ਜਾਂਦਾ। ਇਸ ਇੱਕ ਸਾਲ ਦੇ ਵਿੱਚ ਜੋ ਇੱਥੋਂ ਦੇ ਬੋਰਨ ਬੱਚੇ ਸੀ ਜਾਂ ਵਿਅਕਤੀ ਨੇ, ਉਹਨਾਂ ਦੀ ਲੇਬਰ ਮਾਰਕੀਟ ਦੇ ਵਿੱਚ ਫੋਰਸ ਬਹੁਤ ਘੱਟ ਗਈ ਹੈ। ਉਹਨਾਂ ਦੀਆਂ ਨੌਕਰੀਆਂ ਦੇ ਵਿੱਚ ਵੀ ਤਕਰੀਬਨ 93,000 ਨੌਕਰੀਆਂ ਦੇ ਵਿੱਚ ਉਹ ਘੱਟ ਗਏ ਨੇ। ਇਹਦਾ ਭਾਵ ਉਹ ਸਾਰੀਆਂ ਹੀ ਨੌਕਰੀਆਂ ਆਕੂਪਾਈ ਕਰ ਲਈਆਂ ਲੈਂਡਡ ਇਮੀਗ੍ਰੈਂਟਸ ਨੇ ਜੀ। ਉਹਨਾਂ ਦੀਆਂ ਇੱਕ ਸਾਲ ਦੇ ਵਿੱਚ 2,16,000 ਨੌਕਰੀਆਂ ਵਧੀਆਂ ਨੇ ਜੀ। ਭਾਵ ਬਹੁਤੀਆਂ ਜੋਬਸ ਉਹਨਾਂ ਨੇ ਗ੍ਰੈਪਸ ਕੀਤੀਆਂ ਨੇ ਇਸ ਮਸਲੇ ਦੇ ਵਿੱਚ। ਇਹ ਹੈ ਜਦੋਂ ਲੇਬਰ ਮਾਰਕੀਟ ਦੀ ਵੈਸੇ ਸਟੱਡੀ ਕੀਤੀ ਗਈ ਤਾਂ 1,00,000 ਵਿਅਕਤੀ ਜੋ ਇੱਥੋਂ ਦਾ ਬੋਰਨ ਸਟੂਡੈਂਟ ਸੀ ਜਾਂ ਵਿਅਕਤੀ ਸੀ ਉਹ ਮਾਰਕੀਟ ਦੇ ਵਿੱਚ ਘੱਟ ਗਿਆ, ਜਦੋਂ ਕਿ ਇਮੀਗ੍ਰੈਂਟਸ ਨੇ ਜਿਹੜੀ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਲਗਾਤਾਰ। ਇਹ ਇੱਕ ਪੱਖ ਤਾਂ ਇਹਦੇ ਵਿੱਚ ਹੀ ਹੈ। ਦੂਜੀ ਗੱਲ ਵਿੱਚ ਵੀ ਕਿਉਂ ਘੱਟ ਰਿਹਾ ਸਾਰਾ ਕੁਝ, ਉਹ ਕਹਿੰਦੇ ਕਿ ਜਿਹੜੀ ਓਲਡ ਏਜ ਪਾਪੂਲੇਸ਼ਨ ਹੈ ਉਹ ਲਗਾਤਾਰ ਘੱਟ ਵੱਧ ਰਹੀ ਹੈ, ਅਤੇ ਜਿਹੜੀ ਬੱਚਿਆਂ ਦਾ ਬੂਮ ਹੈ ਜਨਮ ਲੈ ਰਹੇ ਨੇ ਬੱਚੇ ਉਹ ਗਿਣਤੀ ਇੱਥੋਂ ਦੀ ਘੱਟ ਰਹੀ ਹੈ, ਇਸ ਕਰਕੇ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਤੇ ਇਹ ਇੱਕ ਨਵੀਂ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਹੈ। ਠੀਕ ਹੈ। ਦੂਜੀ ਗੱਲ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੈਂਡਡ ਇਮੀਗ੍ਰੈਂਟਸ ਨੇ ਇਹਨਾਂ ਦੇ ਵਿੱਚ ਅਨਪਲੈਮੈਂਟ ਰੇਟ ਇੱਥੋਂ ਦੇ ਬੋਰਨ ਕੈਨੇਡੀਅਨ ਨਾਲੋਂ ਵੱਧ ਹੈ। ਠੀਕ ਹੈ, ਨੌਕਰੀਆਂ ਵੱਧ ਰਹੀਆਂ ਉਹਦੇ 'ਚ ਵਧਿਆ ਹੋਇਆ, ਇਹਨਾਂ ਨੇ ਡਾਟਾ ਵੀ ਦਿੱਤਾ ਇੱਕ ਤਰ੍ਹਾਂ ਦੇ ਨਾਲ ਕਿ 2006 ਦੇ ਵਿੱਚ ਤਕਰੀਬਨ 19% ਨੌਕਰੀਆਂ ਇਮੀਗ੍ਰੈਂਟਸ ਕੋਲ ਹੁੰਦੀਆਂ ਸੀ ਅਤੇ ਹੁਣ ਉਹ 24% ਹੋ ਗਈਆਂ, 5-6% ਦਾ ਵਾਧਾ ਹੋ ਗਿਆ। ਪਰ ਜੇ ਅਨਪਲੈਮੈਂਟ ਦਾ ਰੇਟ ਲੈਂਦੇ ਹਾਂ ਅਸੀਂ, ਉਹ ਜਿਹੜੇ ਲੈਂਡਡ ਇਮੀਗ੍ਰੈਂਟਸ ਨੇ ਉਹ 7.8% ਅਨਪਲੈਮੈਂਟ ਆ ਉਹਨਾਂ ਦੇ ਵਿੱਚ, ਜਦੋਂ ਕਿ ਜੋ ਟੋਟਲ ਕੈਨੇਡਾ ਦੀ ਜਿਹੜੀ ਦਰ ਚੱਲਦੀ ਆ ਰਹੀ ਹੈ ਉਹ 7.1% ਹੈ। ਇਹਦਾ ਭਾਵ 0.7% ਵੱਧ ਅਨਪਲੈਮੈਂਟ ਲੈਂਡਡ ਇਮੀਗ੍ਰੈਂਟਸ ਦੇ ਵਿੱਚ ਪਾਈ ਜਾਂਦੀ ਹੈ। ਉਹਦੇ ਬਹੁਤ ਸਾਰੇ ਕਾਰਨ ਨੇ, ਜਾਂ ਉਹਨਾਂ ਦੀ ਲੈਂਗੁਏਜ ਦੀ ਪ੍ਰੋਬਲਮ ਹੈ, ਜਾਂ ਉਹਨਾਂ ਦੀਆਂ ਡਿਗਰੀਆਂ ਕਈ ਵਾਰੀ ਰੈਕਗਨਾਈਜ਼ ਨਹੀਂ ਹੁੰਦੀਆਂ ਇੱਥੇ, ਉਹਦੇ ਕਰਕੇ ਹੁੰਦਾ। ਖਾਸ ਤੌਰ 'ਤੇ ਜਿਹੜੇ ਪਹਿਲੇ 5 ਸਾਲ ਹੁੰਦੇ ਨੇ ਉਹਨਾਂ ਦੇ ਜਦੋਂ ਕੋਈ ਇਮੀਗ੍ਰੈਂਟ ਇੱਥੇ ਆਉਂਦਾ, ਉਹਦੇ 'ਚ ਸਭ ਤੋਂ ਵੱਧ ਅਨਪਲੈਮੈਂਟ ਰੇਟ ਹੁੰਦਾ। ਤਕਰੀਬਨ 11.5% ਅਨਪਲੈਮੈਂਟ ਰੇਟ ਉਹ ਪਹਿਲੇ 5 ਸਾਲਾਂ ਦਾ, ਕੋਈ 2 ਸਾਲ ਦਾ ਆਇਆ, ਕੋਈ 3 ਦਾ ਆਇਆ, ਕੋਈ 4 ਦਾ ਆਇਆ, ਉਹਦੇ 'ਚ ਹੈ, ਕਿਉਂਕਿ ਉਹਨਾਂ ਨੂੰ ਇੱਥੋਂ ਦੇ ਸਿਸਟਮ ਨੂੰ ਅਡੋਪਟ ਕਰਨ ਨੂੰ ਟਾਈਮ ਲੱਗ ਜਾਂਦਾ, ਜਾਂ ਇੱਥੋਂ ਦੀ ਐਜੂਕੇਸ਼ਨ ਉਸ ਹਿਸਾਬ ਨਾਲ ਮਾੜੀ ਮੋਟੀ ਜੋ ਉਹਨਾਂ ਨੇ ਮੋਲਡ ਕਰਨੀ ਹੁੰਦੀ ਹੈ ਉਹਨੂੰ ਵੀ ਟਾਈਮ ਲੱਗ ਜਾਂਦਾ, ਇਸ ਕਰਕੇ ਇਹਦੇ ਵਿੱਚ ਸਾਰਾ ਘਾਟਾ ਆਇਆ। ਪਰ ਓਵਰਆਲ ਸਮੁੱਚੀ ਦੁਨੀਆ ਦੇ ਵਿੱਚ ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿੱਥੇ ਕਿ ਲੈਂਡਡ ਇਮੀਗ੍ਰੈਂਟਸ 'ਤੇ ਨਿਰਭਰਤਾ ਬਹੁਤ ਵੱਧ ਗਈ ਹੈ, ਭਾਵ ਇੱਥੋਂ ਦੀ ਇਕੋਨੋਮੀ ਹੁਣ ਇਹਨਾਂ ਤੋਂ ਬਿਨਾਂ ਚੱਲ ਨਹੀਂ ਸਕਦੀ। $17 billion ਦੇ ਕਰੀਬ ਇਹ ਕਮਾਉਂਦੇ ਨੇ, ਕਿੰਨਾ ਉਹਦੇ 'ਚੋਂ ਟੈਕਸ ਦਿੰਦੇ ਨੇ, ਉਸ ਟੈਕਸ ਦੇ ਨਾਲ ਇੱਥੋਂ ਦੀਆਂ ਜਿਹੜੀਆਂ ਹੋਰ ਸਹੂਲਤਾਂ ਨੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਇਹਨਾਂ ਦਾ ਰੋਲ ਅਦਾ ਕਰਦਾ। ਸੋ ਇੱਕ ਚੰਗੀ ਗੱਲ ਹੈ ਇਹ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜੋ ਬਾਹਰਲੇ ਦੇਸ਼ਾਂ ਤੋਂ ਇੱਥੇ ਆਏ ਨੇ, ਉਹ ਆਪਣਾ ਵਧੀਆ ਸਥਾਨ ਇੱਥੋਂ ਦੀ ਇਕੋਨਮੀ ਦੇ ਵਿੱਚ ਬਣਾ ਰਹੇ ਨੇ, ਅਤੇ ਸਰਕਾਰ ਹੁਣ ਉਹਨਾਂ ਨੂੰ ਇੱਕ ਤਰ੍ਹਾਂ ਪ੍ਰਵਾਨ ਕਰ ਰਹੀ ਹੈ ਕਿ ਐਕਸੈਪਟ ਕਰ ਰਹੀ ਹੈ, ਰੈਕਗਨਾਈਜ਼ ਕਰ ਰਹੀ ਹੈ ਕਿ ਹਾਂ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਰੋਲ ਵਧਣ ਦੀ ਆਸ ਹੈ। ਕਿਉਂ? ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁ ਗਿਣਤੀ ਸਟੂਡੈਂਟਸ ਨੂੰ ਇਹ ਬੁਲਾ ਰਹੇ ਨੇ ਜੀ, ਉਹ ਸਟੂਡੈਂਟ ਯੂਨੀਵਰਸਿਟੀਆਂ ਦੇ ਵਿੱਚ ਚਲੇ ਗਏ ਨੇ, ਇਕੋਨਮੀ 'ਚ ਆਪਣਾ ਰੋਲ ਅਦਾ ਕਰਦੇ ਨੇ, $8 billion ਦੇ ਨੇੜੇ ਤੇੜੇ, ਪਰ ਉਹ ਬਾਅਦ ਦੇ ਵਿੱਚ ਇੱਥੇ ਉਹਨਾਂ ਨੇ ਜੋਬ ਮਾਰਕੀਟ ਦੇ ਵਿੱਚ ਆਉਣਾ, ਤਾਂ ਆਉਣ ਵਾਲੇ ਸਾਲਾਂ 'ਚ ਇਹ ਰੇਸ਼ੋ ਹੋਰ ਤੇਜ਼ੀ ਨਾਲ ਵਧਣ ਦੀ ਆਸ ਹੈ। ਸੋ ਲੈਂਡਡ ਇਮੀਗ੍ਰੈਂਟਸ ਦੇ ਉੱਤੇ ਜਿਹੜੀ ਨਿਰਭਰਤਾ ਹੈ ਸਭ ਤੋਂ ਵੱਧ, ਖਾਸ ਤੌਰ 'ਤੇ ਟੋਰਾਂਟੋ ਅਤੇ ਵੈਨਕੂਵਰ ਦੇ ਵਿੱਚ ਨੌਕਰੀਆਂ ਵਧੀਆਂ, ਇੱਥੇ ਜ਼ਿਆਦਾ ਨਿਰਭਰਤਾ। ਟੋਰਾਂਟੋ ਦੀ ਮਾਰਕੀਟ ਦੇ ਵਿੱਚ ਤਾਂ 50% ਤੋਂ ਉੱਪਰ ਜਿਹੜੇ ਇਮੀਗ੍ਰੈਂਟਸ ਲੇਬਰ ਫੋਰਸ ਹੈ, ਇਹਦਾ ਭਾਵ ਇਹਨਾਂ ਦੋਨਾਂ ਥਾਵਾਂ ਦੇ ਉੱਤੇ, ਕਿਉਂਕਿ ਬਹੁਤੀ ਕੰਸੈਂਟਰੇਸ਼ਨ ਇਮੀਗ੍ਰੈਂਟਸ ਦੀ ਇੱਥੇ ਜ਼ਿਆਦਾ ਵਧੀਆ। ਸੋ ਇੱਕ ਚੰਗਾ ਹੀ ਪੱਖ ਕਹੂੰਗਾ ਮੈਂ ਇਹਨੂੰ ਕੈਨੇਡੀਅਨ ਇਕੋਨਮੀ ਲਈ ਜੀ। ਡਾਕਟਰ ਸਾਹਿਬ, ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਹਾਊਸਿੰਗ ਅਫੋਰਡੇਬਿਲਿਟੀ ਨੂੰ ਲੈ ਕੇ। ਕਈ ਥਾਵਾਂ 'ਤੇ ਘਰ ਬਹੁਤ ਮਹਿੰਗੇ ਨੇ, ਕਈ ਥਾਵਾਂ 'ਤੇ ਘੱਟ ਨੇ, ਟੋਰਾਂਟੋ ਅਤੇ ਵੈਨਕੂਵਰ ਦੀ ਖਾਸ ਗੱਲ ਕੀਤੀ ਗਈ ਹੈ, ਇਸ ਰਿਪੋਰਟ 'ਤੇ ਥੋੜ੍ਹਾ ਚਾਨਣ ਪਾਓ।
हाँ, ये भी अज नवी रिपोर्ट है, RBC ने जारी की है। वो वैसे अगे भी करते रहते हैं कि अफोर्डेबिलिटी लगातार घट रही है, खास तौर पर ज्यों ज्यों हाउस प्राइसिज़ वधनिया शुरू हुई ने, उदे नाल ही अफोर्डेबिलिटी की समस्या भी नाल ही पैदा होगी कि बहुत सारे लोग ने जेडे कि हाउस नूं अफोर्ड नहीं कर पा रहे। सो ये पोजिशन खास तौर पर टोरंटो एरिए वैनकूवर एरिए मनी गई है, पर नाल अलबर्टा के एरिए भी मनी गई है। हुण देखो टोरंटो ते वैनकूवर दे विच तां बड़ी सीधी जी गल समझ आउंदी है कि इत्थे रेट्स ने जेडे बहुत वध गए ने, तकरीबन 15% तो लैके 30-35% तक रेट वधे ने। इस करके आम लोग जिहड़े कि नौकरी करते हैं जां मजदूरी करते हैं उन्होंने मकान खरीदना बड़ा औखी जी पोजिशन है, इत्थे तां रेट वधन करके हो गया। अलबर्टा दे विच हाउस की प्राइस थले आई ने, पर उत्थे भी अफोर्डेबिलिटी घटी है। उहदा रीजन यह है कि उत्थे लोगों की आमदन घट गई, जॉब चलिया गई, पैसा घट गया, आमदन घट गई, इस करके अलबर्टा दे विच भी अफोर्डेबिलिटी की प्रॉब्लम आ रही है। जे नहीं आ रही तो सिर्फ जिहड़े 3 मेजर सिटी ने सेंटर दे विच पैंदे, आपां कहिंदे रजाइना, सैस्काटून है जां विनीपैग है, उत्थे अफोर्डेबिलिटी काफ़ी ठीक है। उहदा कारण यह भी उत्थे जॉब्स भी ठीक ने अते नाल दी नाल उत्थे हाउसिस दीआं प्राइसिस भी बहुतियां नहीं वधियां, इस करके अफोर्डेबिलिटी की पोजिशन काफ़ी ठीक है। पर टोरंटो ते वैनकूवर ने एक नवी चिंता पैदा की हुई है लोगों के मन के लोग घर नहीं खरीद पा रहे, तो एक तरह का उन्होंने सरकारों पर प्रैशर बिल्ड हो रहा है। जे प्रधानमंत्री ट्रूडो आते हैं वो भी यही गल करते हैं, जे प्रीमियर आते हैं वो भी यही गल करते हैं, ईवन म्यूनसिपैलिटी के जोड़े अपने मेयर ने वो भी यही गल कर रहे हैं। हुण ग्रेगर रॉबर्टसन ने भी अज यही गल कही है कि सानू अफोर्डेबिलिटी कायम करन दे लई थोड़ा बहुत होर यतन करने पैणगे। एक यतन जिहड़ा उन्होंने सुझाव दिता कि जिहड़े इत्थे वेकेंट होम पए ने खाली उन्हां ते असीं टैक्स लावांगे, तां उहदे नाल उह मार्केट दे विच आउणगे रेंट दे लई, ते रेंटल प्रॉब्लम कुछ हद तक हद होगी, हुण रेंट भी वधणे शुरू हो गए ने। तां इह भी इक उन्होंने सुझाव दिता, पर किन्ना लाउणा हाले इहदी गल नहीं होई। दो पक्ष दसे ने उन्होंने, वो कहिंदे कि मैं साडी प्रीमियर नूं कई वारी सुझाव दिता पिछले साल तों दिंदा आ रहा, उन्हां ने कोई गल गौली नहीं इह कि असीं सोचदे वी इक कॉलम बना दो रेजीडेंशियल वेकेंट, वो एक टैक्स वक्रा बना लो तुसीं, जां फिर असीं उहनूं कुछ बिजनेस दे विच पा के इस तरह के घरां दे उत्ते टैक्स लावांगे। पर यह टैक्स लाने वाली गल इन्होंने हुण इस करके कही क्योंकि घर बहुते महंगे हो गए, अदरवाइज़ ये प्रॉब्लम पिछले 14 सालों तो इंज ही चले आउंदी है। 14 सालों तो जिहड़ा वेकेंट होम का रेट है वह बराबर ही है, कोई वधिया नहीं हैगा। तकरीबन 10-11 हज़ार मकान खाली है वैनकूवर के, 14 साल पहला भी इन्ना सी, 10 साल पहला भी, 5 साल पहला भी इन्ना सी, बाकी शहरों के भी इस तरह की पोजिशन है। पर जे हुण ला दिता जांदा इहदे नाल जिहड़ा फॉरन इन्वेस्टर इत्थे आउंदा जिहदे ते मार्केट काफ़ी डिपेंड करती है कि उहदे ते कोई असर पै सकदा, इकोनोमी ते असर पै सकदा, ये हाले स्टडीज़ होण वालियां ने, पर यह गल पक्की है कि टैक्स लाउण बारे सोच जरूर रहे जी। डॉक्टर साहब कनेडा तो बाहर चलीए तो कराची में हिंसा लगातार वधदी जा रही है, पिछले समय जदों अमन कानून की स्थिति उत्थे विगड़ी सी तां फौज ने काफ़ी उत्थे सख्त कानून अपनाया सीगा। पिछले 3 दिनों की गल करिए तो एक जज का मुंडा गवाह होया पहला, कल दिन दिहाड़े एक मशहूर कवाल पाकिस्तान का उसका दिन दिहाड़े कतल कर दिता गया, इस बारे तुसीं की कहना चाहोगे? हाँ, वाकई कराची की पोजीशन माड़ी है जी, खैर इन्नी माड़ी भी नहीं जिन्नी पहला रही है। पिछले साल उत्थे मिलटरी ने सारा कंट्रोल कर लिया सी कराची दे उत्ते 2015 दे विच, उस कंट्रोल तो बाद उत्थे जिहड़ा रेट सी वायलेंस दा बहुत घटिया सी जी, पर पहला उत्थे बहुत ही अधिक रेट हुंदा सी। हुण कराची बड़ा सुंदर शहर है, एक तरह नाल जे देखिया जावे अंग्रेज़ां दे टाइम दे उत्ते कराची नूं पैरिस ऑफ एशिया दा नाम दित्ता जांदा सी, जदों बरतानिया दी उत्थे कलोनियलिज़म चलदा सी, सारे इंडिया ते पाकिस्तान इकट्ठे हुंदे सी उहनां दिनां दे विच, ਤਾਂ ਭਾਵ ਇੰਨਾ ਵਧੀਆ ਸੀ ਉਹ। ਉਹ ਤੋਂ ਬਾਅਦ ਵੀ 1960 ਤੱਕ ਵੀ ਜਦੋਂ 1947 ਦੇ ਵਿੱਚ ਚਲੋ ਵੰਡ ਹੁੰਦੀ ਹੈ, ਕੈਦੇ ਆਜ਼ਮ ਜਿਹੜਾ ਜਿਨਾਹ ਸਾਹਿਬ ਉਹ ਵੀ ਉੱਥੋਂ ਦੇ ਸੀ ਬੋਰਨ, ਉਹਨਾਂ ਨੇ ਉਹਨੂੰ ਰਾਜਧਾਨੀ ਵੀ ਬਣਾ ਤਾ ਕਰਾਚੀ ਨੂੰ, ਪਹਿਲਾਂ ਸ਼ੁਰੂ ਦੇ ਵਿੱਚ ਉਹ ਰਾਜਧਾਨੀ ਰਹੀ ਹੈ, ਬਾਅਦ ਦੇ ਵਿੱਚ ਇਸਲਾਮਾਬਾਦ ਇਹਨਾਂ ਨੇ ਬਿਲਡ ਕੀਤਾ ਅਤੇ ਫਿਰ ਉੱਥੇ ਰਾਜਧਾਨੀ ਮੂਵ ਹੋਈ, ਤਾਂ ਉਹ ਉਹਨਾਂ ਨੇ ਵੀ ਬੜੀ ਇਹਦੇ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ। ਉਹ ਕਰਾਚੀ ਨੂੰ ਇੱਕ ਤਰ੍ਹਾਂ ਦਾ ਰੌਸ਼ਨੀਆਂ ਦਾ ਸ਼ਹਿਰ ਵੀ ਕਿਹਾ ਜਾਂਦਾ, ਸਿਟੀ ਆਫ ਲਾਈਟਸ ਦਾ ਵੀ ਉਹਨੂੰ ਨਾਮ ਦਿੱਤਾ ਜਾਂਦਾ। ਅਯੂਬ ਨੇ ਬਹੁਤ ਸਾਰੀਆਂ ਬਿਲਡਿੰਗਸ ਉੱਤੇ ਇਸ ਤਰ੍ਹਾਂ ਬਣਾਇਆ ਸੀ, ਕਿਹਾ ਜਾਂਦਾ ਕਿ ਕਰਾਚੀ ਕਦੇ ਸੌਂਦਾ ਨਹੀਂ ਹੈ, ਮੁੰਬਈ ਵਾਲੀ ਪੋਜੀਸ਼ਨ ਆ ਉਹਦੀ, ਉਹ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਵੀ ਅਸੀਂ ਕਹਿ ਸਕਦੇ ਹਾਂ। ਉਹਨੂੰ 2.5 ਕਰੋੜ ਦੀ ਆਬਾਦੀ ਹੈ, ਜਿਹੜੇ ਕਿ ਬਹੁਤ ਸਾਰੇ ਸੈਕਟ ਜਾਂ ਐਥਨਿਕ ਕਮਿਊਨਿਟੀਜ਼ ਵੀ ਕਾਫੀ ਨੇ, ਤਾਂ ਇਹ ਬਹੁਤ ਸਾਰੇ ਇਸ ਤਰ੍ਹਾਂ ਦੀ ਪੋਜੀਸ਼ਨ ਆ ਉੱਥੋਂ ਦੀ। ਤਾਂ ਹੁਣ ਉੱਥੇ ਇਹ ਲੜਾਈਆਂ ਕੀ ਨੇ, ਸਮੱਸਿਆ ਤਾਂ ਇਹ ਹੈ ਮੇਨ, ਉੱਥੇ ਕਈ ਕਿਸਮ ਦੀਆਂ ਲੜਾਈਆਂ ਨੇ। ਇੱਕ ਤਾਂ ਚਲੋ ਮਿਲੀਟੈਂਟਸ ਨੇ, ਜਿਹਾਦੀ ਨੇ, ਉਹ ਗੋਲੀਆਂ ਚਲਾਉਂਦੇ ਨੇ, ਸਰਕਾਰ ਦੇ ਵਿਰੁੱਧ ਲੜਾਈ ਲੜਦੇ ਨੇ, ਸਰਕਾਰੀ ਵਿਅਕਤੀਆਂ ਨੂੰ ਮਾਰਦੇ ਨੇ, ਪਰਸਨੈਲਿਟੀਜ਼ ਨੂੰ ਮਾਰਦੇ ਨੇ, ਜਾਂ ਬਹੁਤ ਸਾਰੀ ਕਿਡਨੈਪਿੰਗ ਵੀ ਕਰਦੇ ਨੇ ਉਹ ਕਈ ਕਿਸਮ ਦੀਆਂ। ਤਾਂ ਇੱਕ ਤਾਂ ਉਹਨਾਂ ਦੁਆਰਾ ਫੈਲਾਇਆ ਹੋਇਆ ਵਾਇਲੈਂਸ ਆ ਜਿਹੜਾ ਉੱਥੇ ਚੱਲ ਰਿਹਾ, ਅਤੇ ਦੂਜਾ ਵਾਇਲੈਂਸ ਆ ਜਿਹੜਾ ਉੱਥੇ ਐਥਨਿਕ ਜਾਂ ਸੈਕਟੇਰੀਅਨ ਕਿਸਮ ਦਾ ਵੀ ਹੈ, ਕਿਉਂਕਿ ਉੱਥੇ ਜਦੋਂ ਪਾਕਿਸਤਾਨ ਅਤੇ ਇੰਡੀਆ ਬਣੇ, ਇੰਡੀਆ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮੁਸਲਿਮ ਸੀਗੇ, ਖਾਸ ਤੌਰ 'ਤੇ ਮੁਹਾਜਰਸ, ਉਹ ਉੱਥੇ ਗਏ ਸੀ ਕਰਾਚੀ ਦੇ ਵਿੱਚ,
कराची की डिवेलपमेंट के भी उन्होंने बहुत वड्डा रोल है। बाद चुना ने एक अपनी पोलीटिकल पार्टी भी MQM जिन्होंने आप कहने मुतहदीन कौमी मूवमेंट के नाम के जानी जाती है, मुतहदा कौमी मूवमेंट के नाल भी उन्होंने बनाई हुई है, वो उत्थे हुकूमत भी करते हैं। पर यह देखा गया कि जो उन्होंने हुकूमत खुस जाती है तो वह वायलेंस बहुत वध जाता, बड़े ऑर्गेनाइज वे के उन्होंने वर्कर कम करते हैं। 2005 तो 10 थी बहुता नहीं सी उत्थे वायलेंस, 2010 उन्होंने तो पावर खुस गई उत्थे म्युनिसिपैलिटी वगैरह की, उस तो बाद आप वायलेंट हो गए, बहुत वायलेंस उत्थे होण लग पिया। सो ये पोलीटिकल कारण भी इहदे बन जांदे आ कुछ, जां कई प्रकार के उत्थे एक्सटॉर्शन भी ने। अफगानिस्तान तो कुछ लोग आउंदे आ जिहड़े कि अतवादी नेचर दे ने, वो बहुत सारिया लुट्टां खोहां भी उत्थे करदे आ, सो वह भी एक नवीं प्रकार की समस्या क्रिएट कर देंदे आ। एक उत्थों दा जिहड़ा रियल एस्टेट माफिया वह बहुत तगड़ा, उन्हां नूं पोलीटिकल बैकिंग भी है ते जिहड़ियां बहुत सारिया प्रॉपर्टीज रौले वालियां जां जनतक प्रॉपर्टीज ने पब्लिक उहदे ते भी वह कब्जा कर लैंदे ने, वो कब्जा करके बाद दे विच उपर लखां करोड़ां दीआं वेचदे भी ने। वह माफिया भी उत्थे आ जिहड़ा बहुत वड्डे पद्धर दे उत्ते कम करदा, जां कतलोगारत दे विच भी उहदी शमूलीयत हुंदी है। सो ये भी एक पक्ष आ जिहड़ा उत्थों दी हिंसा नूं वधाउंदा। ठीक है, मिलटरी ने कंट्रोल कीता, पर हुण पिछले कुछ दिनां तों जिवें हुण चीफ जज दे मुंडे दा अगवा हो जाणा, ये कोई छोटी घटना नहीं है। तो इस तरह नाल दिन दिहाड़े दुपहर दे समें दे उत्ते इन्ने मशहूर कवाल दी हत्या हो जाणी, ये भी कोई छोटी गल नहीं है। पर कराची दे लोक 1980 तो बाद खास तौर ते इस तरह दे कतलोगारत दे नाल काफ़ी जूझदे भी आ रहे हैं, तो सभ्याचार दा एक पक्ष भी बन चुकिया है उत्थे। तो इस करके लोग आम जी गल समझदे कई बार बहुती समस्या नहीं लैंदे, पर 2015 तो जदों तो मिलटरी ने कंट्रोल किया काफ़ी घटी है, तकरीबन 50% डाउन आया उत्थों का कतलोगारत का रेट या हिंसा का रेट या कतलों का रेट। सो फिलहाल फिर सरकार हुण जदों दी नवाज शरीफ ने अतवादियों के विरुद्ध एक तरह का छेड़ी हुई है जंग, तो वो नतीजे चंगे ही आएंगे। तो कराची शांति चाहता है, संभावना कि आने वाले समय पैदा की जा सकती है जे सरकार संसीयर रही। तो डॉक्टर साहब सानू समा हुण होर इजाजत नहीं दिंदा, थोड़ा बहुत बहुत धन्यवाद। कल नूं आपां कुछ होर मुख खबरां ते गलबात करने वास्ते डॉक्टर साहब नाल हाजिर होवांगे, उदों तक लई सानू इजाजत दिओ, धन्यवाद।